ਮੇਰਾ ਨਾਮ ਦੀਪਕ ਬੰਸਲ, ਮੈਂ ਨਵੀਂ ਅਨਾਜ ਮੰਡੀ ਸ਼ਿਵ ਮੰਦਰ ਦੇ ਵਿੱਚ ਆਪਾਂ ਖੜ੍ਹੇ ਹਾਂ ਅੱਜ। ਅੱਜ ਬੜਾ ਹੀ ਸਵੇਰੇ ਚੋਰੀ ਹੋ ਗਈ ਮੰਦਰ ਦੇ ਵਿੱਚ, ਜਿੰਨਾ ਕੈਸ਼ ਗੱਲਿਆਂ ਦੇ ਵਿੱਚੋਂ ਕੱਢ ਕੇ ਉਹ ਲੈ ਗਏ। ਸਾਡੇ ਨਾਲ ਉਰੇ ਸਾਡੇ ਆੜਤੀ ਅਸ਼ਨ ਦੇ ਪ੍ਰਧਾਨ ਜੀ ਖੜ੍ਹੇ ਹਾਂ, ਨਾਲ ਸੈਣੀ ਸਾਹਿਬ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਜੀ ਅਤੇ ਹੋਰ ਸਾਰੇ ਮੈਂਬਰ ਸਾਹਿਬਾਨ ਖੜ੍ਹੇ ਹਾਂ। ਦੇਖੋ, ਸ਼ਖਸ ਜਿਹੜਾ ਹੈ ਇੱਕ ਬੰਦਾ ਹੀ ਵੜਿਆ ਅਤੇ ਉਹ ਵੜ ਕੇ ਉਰੋਂ ਕੈਂਚੀ ਗੇਟ ਦੇ ਪਹਿਲਾਂ ਜਿੰਦੇ ਤੋੜੇ ਉਹਨੇ, ਫਿਰ ਅੰਦਰ ਗੋਲਕਾਂ ਦੇ ਤੋੜ ਕੇ ਜਿੰਦੇ ਉਹਨੇ 2-3 ਘੰਟੇ ਲਗਾਏ। ਬੜੇ ਵੀ ਬੇਕੌਫ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਚੋਰ ਸਵੇਰੇ ਆਇਆ, ਚੋਰੀ ਕਰਕੇ ਲਗਭਗ 25-30 ਹਜ਼ਾਰ ਰੁਪਏ ਜੋ ਕੈਸ਼ ਉਰੇ ਹੈ ਸੀ ਗੋਲਕਾਂ ਦੇ ਵਿੱਚ, ਉਹ ਉਹਨਾਂ ਨੇ ਚੋਰੀ ਕਰਕੇ ਲੈ ਗਿਆ। ਬੰਦਾ ਇੱਕ ਸੀ, CCTV ਦੇ ਵਿੱਚ ਸਾਫ਼ ਉਹਦਾ ਚਿਹਰਾ ਦਿਖ ਰਿਹਾ। ਪੁਲਿਸ ਕਾਰਵਾਈ ਦੇ ਵਿੱਚ ਪੁਲਿਸ ਆ ਗਈ ਸਵੇਰੇ, ਸਾਡੇ ਮੰਤਰੀ ਜੀ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਵੱਲੋਂ ਵੀ ਪੂਰੀ ਸਪੋਰਟ ਜਾਂ ਇੱਥੇ ਕਾਰਵਾਈ ਕਰਨ ਦਾ ਭਰੋਸਾ ਹੈ। ਪੁਲਿਸ ਆ ਕੇ ਜਿਹੜਾ ਉਹਨਾਂ ਵੱਲੋਂ ਕੰਮ ਹੈ ਅੱਗੇ ਕਰਨ ਵਾਲਾ, ਉਹ ਆਪਣੀ ਤਹਿਕੀਕਾਤ ਕਰ ਰਹੀ ਹੈ। ਬਾਕੀ ਮੈਂ ਇੱਕ ਗੱਲ ਇਹ ਹੈ ਵੀ ਜੇ ਮੰਦਰਾਂ ਦੇ ਵਿੱਚ ਇਹ ਕੰਮ ਹੋਣੇ ਸ਼ੁਰੂ ਹੋ ਗਏ ਵੀ ਆਪਾਂ ਖੜਾਂਗੇ ਕਿੱਥੇ? ਦੇਖੋ, ਬੇਕੌਫ ਚੋਰ ਇੰਨੇ ਬੇਖੌਫ ਹੋ ਗਏ ਵੀ ਕਿਸੇ ਤਰ੍ਹਾਂ ਦਾ ਡਰ ਹੀ ਨਹੀਂ ਉਹਨਾਂ ਦੇ ਮਨ 'ਚ। ਆ ਕੇ ਉਹ ਕਿਤੇ ਵੀ ਦਿਨ ਦਿਹਾੜੇ ਜੋ ਅੱਜ ਪਟਿਆਲੇ ਦੇ ਵਿੱਚ ਹਾਲਾਤ ਹੈ, ਕਿਤੇ ਵੀ ਗੋਲੀ ਚਲਾ ਦਿੱਤੀ ਜਾਂਦੀ ਹੈ, ਕਿਤੇ ਵੀ ਚੋਰੀ ਕਰ ਦਿੱਤੀ ਜਾਂਦੀ ਹੈ, ਮਤਲਬ ਇਹ ਬੇਖੌਫ ਜਿਹੜਾ ਹੈ ਪੁਲਿਸ ਦਾ ਡਰ, ਉਹ ਪੁਲਿਸ ਨੂੰ ਜ਼ਰੂਰ ਇਹ 'ਤੇ ਟਾਈਟਨੈਸ ਕਰਕੇ ਲੋਕਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ, ਤਾਂ ਕਿ ਲੋਕ ਔਰ ਮੰਦਰਾਂ ਦੇ ਵਿੱਚ ਜੇ ਭਗਵਾਨ ਨਹੀਂ ਸੇਫ ਫਿਰ ਰੱਬ ਹੀ ਰੱਖਿਆ। ਅਤੇ ਇੰਨਾ ਕਹਿੰਦਾ ਹੋਇਆ ਧੰਨਵਾਦ। ਮੇਰਾ ਨਾਮ ਸਤਵਿੰਦਰ ਸੈਣੀ ਹੈ ਜੀ, ਮੈਂ ਪ੍ਰਧਾਨ ਆੜਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਪਟਿਆਲਾ। ਹਾਂ, ਮੈਂ ਮੌਕੇ 'ਤੇ ਸਵੇਰੇ ਸਾਡੇ ਪ੍ਰਧਾਨ ਜੀ ਜਿਹੜੇ ਮੰਦਰ ਕਮੇਟੀ ਦੇ ਸ਼੍ਰੇਸ਼ਟ ਕਾਲਾ ਜੀ, ਇਹਨਾਂ ਦਾ ਫੋਨ ਗਿਆ ਮੈਨੂੰ ਅਰਲੀ 6:30 ਵਜੇ। ਮੈਂ ਤੁਰੰਤ ਜਦੋਂ ਹੀ 1/2 ਘੰਟੇ ਜਾ ਗਿਆ ਸੀ ਮੰਡੀ 'ਚ, ਮੰਦਰ 'ਚ ਸਾਰਾ ਦੇਖਿਆ। ਮਤਲਬ ਬੜਾ ਮਨ ਨੂੰ ਦੁੱਖ ਲੱਗਿਆ ਜੀ ਇਸ ਚੀਜ਼ ਨੂੰ ਦੇਖ ਕੇ। ਮਤਲਬ ਸਾਡੀ ਹੋਰ ਵੀ ਸਾਡੇ ਬਹੁਤ ਮੰਡੀ ਦੇ ਪਤਵੰਤ ਸੱਜਣ ਇਕੱਠੇ ਹੋ ਗਏ ਸੀ, ਸਾਰਿਆਂ ਦਾ ਮਨ ਬੜਾ ਦੁਖੀ ਸੀ ਇਸ ਗੱਲੋਂ। ਪਰ ਮੈਂ ਹਾਂ, ਮੇਰੀ ਗੱਲ ਜਿਹੜੇ ਨਵੇਂ ਇੰਸਪੈਕਟਰ ਹੈ ਆਏ ਦਾਣਾ ਮੰਡੀ ਇੰਚਾਰਜ, ਉਹਨਾਂ ਨਾਲ ਗੱਲ ਹੋ ਗਈ ਸੀ। ਉਹਨਾਂ ਨੇ ਤੁਰੰਤ ਆਪਣੀ ਜਿਹੜਾ ਡਿਊਟੀ ਅਫਸਰ ਸੀ ਰਾਤ ਦਾ ਉਹ ਭੇਜਿਆ, ਅਤੇ ਬਾਕੀ ਸਾਡੇ ਮਾਨਯੋਗ ਹੈਲਥ ਮਿਨਿਸਟਰ ਡਾਕਟਰ ਬਲਵੀਰ ਸੈਣੀ ਸਵੇਰੇ ਉਹਨਾਂ ਦਾ ਫੋਨ ਆ ਗਿਆ ਸੀ। ਮੇਰੀ ਕਾਫੀ ਡਿਟੇਲ 'ਚ ਗੱਲ ਹੋਈ, ਈਵਨ ਉਹਨਾਂ ਨੇ ਕਿਹਾ ਮੈਂ SSP ਸਾਹਿਬ ਨੂੰ ਡਾਇਰੈਕਸ਼ਨ ਦਿੰਦਾ ਵੀ ਇਹਦੇ 'ਚ ਕੋਈ ਢਿੱਲ ਨਹੀਂ ਰਹਿਣੀ ਚਾਹੀਦੀ, ਮਤਲਬ ਬਿਲਕੁਲ ਰੈਸਟ ਹੋਊਗਾ। ਸਰ, ਪਾਸ਼ ਏਰੀਆ, ਮਹਾਜਨ ਲੋਕ, ਦੁਕਾਨਦਾਰ, ਭਾਈਚਾਰਾ ਹੈਗਾ, ਬਿਲਕੁਲ ਖੌਫ ਪਾਇਆ ਜਾ ਜੀ? ਖੌਫ ਵੀ ਹੈ, ਰੋਸ ਵੀ ਹੈ ਸਾਨੂੰ ਇਸ ਗੱਲ ਦਾ ਵੀ ਜੇ ਸਾਡੇ ਇਹਨਾਂ ਮੰਦਰਾਂ ਗੁਰਦੁਆਰਿਆਂ 'ਚ ਜਿਨ੍ਹਾਂ ਦੇ ਸਦਾ ਅਸੀਂ ਚਰਨਾਂ 'ਚ ਰਹਿੰਦੇ ਹਾਂ, ਇੱਥੇ ਆ ਕੇ ਚੋਰ ਬੇਖੌਫ ਹੋ ਕੇ ਅੰਦਰ ਘੁੰਮ ਰਿਹਾ, ਇਕੱਲਾ ਬੰਦਾ, ਕੋਈ ਉਹਨੂੰ ਡਰ ਨਹੀਂ ਸੀ ਕਿਸੇ ਦਾ ਵੀ, ਜੋ ਉਹਦੀ ਫੋਟੋਆਂ ਆਈਆਂ ਇਹਦੇ 'ਚ CCTV ਕੈਮਰਿਆਂ ਸਾਰੀਆਂ, ਮਤਲਬ ਬੜੇ ਹੌਸਲੇ ਨਾਲ ਉਹਨੇ ਕੰਮ ਕੀਤਾ ਬੰਦੇ ਨੇ। ਅਸੀਂ ਸਾਰੇ ਇਸ ਗੱਲ ਤੋਂ ਬਹੁਤ ਹੈਰਾਨ ਹਾਂ। ਸੋ ਮੈਂ ਤਾਂ ਮਾਨਯੋਗ SSP ਸਾਹਿਬ ਨੂੰ ਵੀ ਕਹਾਂਗਾ ਕਿ ਮਤਲਬ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੋ ਪਟਿਆਲੇ 'ਚ ਰੌਲਾ ਚੱਲ ਰਿਹਾ ਵਾਰਦਾਤਾਂ ਦਾ ਜਾਂ ਜੋ ਵੀ ਹੈ, ਮਤਲਬ ਹੁਣ ਤਾਂ ਧਾਰਮਿਕ ਸਥਾਨਾਂ ਦੀ ਗੱਲ ਆ ਗਈ ਵੀ ਆਪ ਇੰਟਰਸਟ ਲੈ ਕੇ ਚਾਹੇ ਰਾਤ ਦੀ ਗਸਤ ਆਪ ਲਵਾਉਣ, ਚਾਹੇ ਆਪ ਆਪਣੇ ਇੰਸਪੈਕਟਰਾਂ ਨੂੰ, SSP ਨੂੰ, DSP ਜੀ ਨੂੰ, ਕਿਸੇ ਨੂੰ ਵੀ ਇੰਸਟਰਕਸ਼ਨਾਂ ਦੇਣ ਤਾਂ ਕਿ ਇੱਦਾਂ ਮੁੜ ਕੇ ਇੱਦਾਂ ਦੀ ਹਰਕਤ ਕੋਈ ਕਰ ਨਾ ਸਕੇ ਕਿਸੇ ਵੀ ਧਾਰਮਿਕ ਅਦਾਰੇ 'ਚ ਜਾ ਕੇ। ਸੋ ਇਹ ਬਹੁਤ ਇੱਕ ਨਿੰਦਰਯੋਗ ਘਟਨਾ।